ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਬੁੱਧਵਾਰ ਨੂੰ 1984 ਦੇ ਸਿੱਖ ਦੰਗਿਆਂ ਬਾਰੇ ਵੱਡਾ ਬਿਆਨ ਦਿੱਤਾ ਹੈ। ਉਹਨਾਂ ਨੇ ਕਿਹਾ ਹੈ ਕਿ ਜੇ ਉਸ ਵੇਲੇ ਦੇ ਗ੍ਰਹਿ ਮੰਤਰੀ ਪੀਵੀ ਨਰਸਿਮਾ ਰਾਓ ਨੇ ਇੰਦਰ ਕੁਮਾਰ ਗੁਜਰਾਲ ਦੀ ਸਲਾਹ 1984 ਵਿੱਚ ਸਵੀਕਾਰ ਕਰ ਲਈ ਹੁੰਦੀ ਤਾਂ ਦੰਗੇ ਨਾ ਹੁੰਦੇ। ਮਨਮੋਹਨ ਸਿੰਘ ਨੇ ਇਹ ਗੱਲ ਗੁਜਰਾਲ ਦੀ 100ਵੀਂ ਜਨਮ ਜਯੰਤੀ ਮੌਕੇ ਦਿੱਲੀ ਵਿਖੇ ਆਯੋਜਿਤ ਇੱਕ ਸਮਾਗਮ ਦੌਰਾਨ ਕਹੀ। ਜ਼ਿਕਰਯੋਗ ਹੈ ਕਿ 1984 ਵਿੱਚ ਗੁਜਰਾਲ ਕਾਂਗਰਸ ਛੱਡ ਕੇ ਜਨਤਾ ਦਲ ਵਿੱਚ ਸ਼ਾਮਲ ਹੋ ਗਏ ਸਨ। ਉਹਨਾਂ ਨੇ 1984 ਦੇ ਦੰਗਿਆਂ ਦੌਰਾਨ ਨਰਸਿਮਾ ਰਾਓ ਨੂੰ ਦੋਸਤਾਂ ਨਾਲ ਸਲਾਹ ਦਿੱਤੀ ਸੀ। The sad event of 1984 took place Gujralji on that very sad evening he went to the then home minister Shri P.V. Narasimha Rao and said to him that the situation is so grave that it is necessary for the government to call the army at the earliest. If that advice had been heeded, perhaps the massacre that took place in 1984 could have been avoided. ਹੁਣ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਬਿਆਨ ਤੋਂ ਬਾਅਦ ਰਾਜਨੀਤੀ ਵੀ ਤੇਜ਼ ਹੋ ਚੁੱਕੀ ਹੈ। ਕਾਂਗਰਸ ਮਨਮੋਹਨ ਸਿੰਘ ਦੇ ਬਿਆਨ ਦਾ ਸਮਰਥਨ ਕਰ ਰਹੀ ਹੈ, ਉੱਥੇ ਵਿਰੋਧੀ ਪਾਰਟੀਆਂ ਮਨਮੋਹਨ ਸਿੰਘ ਦੇ ਬਿਆਨ ਉੱਤੇ ਸਵਾਲ ਚੱਕ ਰਹੀਆਂ ਨੇ। ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਦਾ ਕਹਿਣਾ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਦਾ ਇਹ ਬਿਆਨ ਰਾਜਨੀਤਿਕ ਬਿਆਨ ਹੈ। ਉਹਨਾਂ ਨੇ ਕਿਹਾ ਕਿ ਡਾਕਟਰ ਮਨਮੋਹਨ ਸਿੰਘ ਨੇ ਆਪਣੇ ਕਾਰਜਕਾਲ ਦੇ ਦੌਰਾਨ ਇਹ ਸੱਚ ਸਾਹਮਣੇ ਕਿਉਂ ਨਹੀਂ ਲਿਆਂਦਾ। ਦੇਖੋ, ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ ਗਾ ਕਿ ਜੇਕਰ ਟਾਈਮਲੀ ਮਿਲਟਰੀ ਬੁਲਾ ਲਈ ਜਾਂਦੀ, ਜੇਕਰ ਟਾਈਮਲੀ ਜਿਹੜਾ ਫੋਰਸਿਸ ਨੂੰ ਡਿਪਲੋਏ ਕੀਤਾ ਜਾਂਦਾ ਤਾਂ ਜਿਹੜਾ 84 ਦੇ ਵਿੱਚ ਕਤਲੇਆਮ ਹੋਇਆ ਤਾਂ ਰੁਕ ਸਕਦਾ ਸੀਗਾ। ਸੋ ਮੈਂ ਸਮਝਦਾ ਪ੍ਰਧਾਨ ਮੰਤਰੀ ਜਦੋਂ ਆਪਣੇ ਆਫਿਸ ਦੇ ਵਿੱਚ ਸੀਗੇ, ਜਦੋਂ ਡਾਕਟਰ ਮਨਮੋਹਨ ਸਿੰਘ ਨੇ 10 ਸਾਲ ਆਪਣਾ ਆਫਿਸ ਹੋਲਡ ਕੀਤਾ ਬੀਂਗ ਏ ਪ੍ਰਾਈਮ ਮਿਨਿਸਟਰ ਆਫ ਇੰਡੀਆ, ਤਾਂ ਉਦੋਂ ਚਾਹੀਦਾ ਸੀ, ਉਦੋਂ ਇੱਕ ਬਹੁਤ ਵੱਡੀ ਜਾਂਚ ਕਰਵਾਉਂਦੇ, ਉਦੋਂ ਜਿਹੜੀ ਹੈਗੀ ਆ ਜਾਂਚ ਕਰਵਾ ਕੇ ਜਿਹੜਾ ਹਜੇ ਤੱਕ ਨਿਆਂ ਨਹੀਂ ਮਿਲ ਰਿਹਾ, ਲਗਭਗ 35-36 ਸਾਲ ਹੋ ਗਏ ਨਿਆਂ ਨੂੰ ਭਟਕਦੇ ਲੋਕਾਂ ਨੂੰ ਪੰਜ ਹਿੰਦੁਸਤਾਨ ਦੇ ਵਿੱਚ, ਉਹ ਨਿਆਂ ਮਿਲਦਾ। ਸੋ ਇਹ ਜਿਹੜੇ ਇਸ ਸਮੇਂ ਬਿਆਨ ਦੇਣੇ, ਇਹ ਜਿਹੜੇ ਬਿਆਨ ਦੇ ਰਹੇ ਨੇ, ਉਹ ਇਹਨਾਂ ਬਿਆਨਾਂ 'ਤੇ ਜਿਹਨਾਂ ਨੇ ਅਮਲ ਟਾਈਮ 'ਤੇ ਕੀਤਾ ਹੁੰਦਾ ਤਾਂ ਮੈਂ ਸਮਝਦਾ ਰਿਜ਼ਲਟ ਕੁਛ ਹੋਰ ਹੋਣੇ ਸੀਗੇ। ਸੋ ਕਿਤੇ ਨਾ ਕਿਤੇ ਉਹਨਾਂ ਲੋਕਾਂ ਨੂੰ ਸਜ਼ਾ ਮਿਲੀ ਸੀ ਜਿਹਨਾਂ ਲੋਕਾਂ ਨੇ ਇਹ ਕਤਲੇਆਮ ਕੀਤਾ ਸੀ। ਉੱਥੇ ਦੂਜੇ ਪਾਸੇ ਡਾਕਟਰ ਮਨਮੋਹਨ ਸਿੰਘ ਦੇ ਇਸ ਬਿਆਨ ਨੂੰ ਲੈ ਕੇ ਅਕਾਲੀ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਵੀ ਉਹਨਾਂ ਨੂੰ ਘੇਰਿਆ ਹੈ। ਉਹਨਾਂ ਦਾ ਕਹਿਣਾ ਹੈ ਕਿ ਡਾਕਟਰ ਮਨਮੋਹਨ ਸਿੰਘ ਆਪਣਾ ਇਹ ਬਿਆਨ ਦੇ ਕੇ ਗਾਂਧੀ ਪਰਿਵਾਰ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਜਦਕਿ ਇਸ ਨਸਲਕੁਸ਼ੀ ਦੇ ਜ਼ਿੰਮੇਵਾਰ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਸਨ। ਜੋ ਕੱਲ੍ਹ ਡਾਕਟਰ ਮਨਮੋਹਨ ਸਿੰਘ ਨੇ ਜਾਣੇ ਅਣਜਾਣੇ ਮੇਂ ਜੋ ਸਨਸਨੀਖੇਜ ਖੁਲਾਸਾ ਕੀਆ, ਯੇ ਵਹੀ ਹੈ ਜੋ ਹਮ ਪਿਛਲੇ 35 ਸਾਲ ਸੇ ਲਗਾਤਾਰ ਆਵਾਜ਼ ਉਠਾਤੇ ਆ ਰਹੇ ਹੈ। ਰਾਜੀਵ ਗਾਂਧੀ ਤਬ ਕੇ ਕਾਂਗਰਸ ਕੇ ਅਧਿਕਸ਼ ਔਰ ਪ੍ਰਧਾਨ ਮੰਤਰੀ ਨੇ ਇਹ ਕਤਲੇਆਮ ਕੋ ਅੰਜਾਮ ਦੀਆ। ਜਬ ਡਾਕਟਰ ਪੀ ਵੀ ਨਰਸਿਮਾ ਰਾਓ ਕੇ ਘਰ ਪਰ ਖੁਸ਼ਵੰਤ ਸਿੰਘ ਜੀ, ਕੁਲਦੀਪ ਨਈਅਰ ਜੀ, ਆਈ ਕੇ ਗੁਜਰਾਲ ਜੀ ਜਾਤੇ ਹੈ, ਤੋ ਨਰਸਿਮਾ ਰਾਓ ਨੇ ਤਬ ਯੇ ਜਵਾਬ ਦੀਆ ਥਾ ਕਿ ਮੈਂ ਉਪਰ ਬਾਤ ਕਰੂੰਗਾ, ਮੈਂ ਆਪਕੋ ਬਤਾਉਂਗਾ। ਅਬ ਉਪਰ ਤੋ ਵਹਾਂ ਕੇ ਪ੍ਰਧਾਨ ਮੰਤਰੀ ਸੇ ਬਾਤ ਹੋ ਸਕਤੀ ਥੀ ਔਰ ਪ੍ਰਧਾਨ ਮੰਤਰੀ ਹੀ ਗ੍ਰਹਿ ਮੰਤਰਾਲਯ ਕੇ ਮਾਧਿਅਮ ਸੇ ਇੰਸਟ੍ਰਕਸ਼ਨੇ ਦੇ ਰਹੇ ਥੇ ਔਰ ਡਾਊਨ ਦੀ ਲਾਈਨ ਉਹ ਇੰਸਟ੍ਰਕਸ਼ਨ ਜਾਰੀ ਥੀ ਪੁਲਿਸ ਤੱਕ, ਲਾ ਇਨਫੋਰਸਮੈਂਟ ਏਜੰਸੀਜ਼ ਤੱਕ ਕਿ ਸਿੱਖੋ ਕਾ ਕਤਲੇਆਮ ਕਰਾਇਆ ਜਾਏ, ਜ਼ਿਆਦਾ ਸੇ ਜ਼ਿਆਦਾ ਸਿੱਖੋ ਕੋ ਮਰਵਾਇਆ ਜਾਏ ਔਰ ਜੋ ਕਤਲੇਆਮ ਕਤਲੋ ਗਾਰਤ ਕਰ ਰਹੇ ਹੈ ਉਨਕੋ ਸੁਰੱਖਿਆ ਪ੍ਰਦਾਨ ਕੀ ਜਾਏ, ਇਹ ਯਕੀਨੀ ਬਣਾਇਆ ਜਾਏ ਕਿ ਕਤਲੋ ਗਾਰਤ ਕਰਨ ਵਾਲੇ ਲੋਕ ਸੁਰੱਖਿਅਤ ਰਹੇ ਔਰ ਸਿੱਖੋ ਕਾ ਜ਼ਿਆਦਾ ਸੇ ਜ਼ਿਆਦਾ ਕਤਲੇਆਮ ਕੀਆ ਜਾ ਸਕੇ। ਮੈਂ ਸਮਝਤਾ ਹੂੰ ਇਹ ਸਾਰਾ ਕੁਛ ਜੋ ਗਾਂਧੀ ਪਰਿਵਾਰ ਨੇ ਕਰਾਇਆ ਆਜ ਬੜਾ ਸਪਸ਼ਟ ਹੋ ਗਿਆ। ਆਜ ਸੋਨੀਆ ਗਾਂਧੀ ਕੋ, ਗਾਂਧੀ ਪਰਿਵਾਰ ਕੋ, ਪੂਰੀ ਕਾਂਗਰਸ ਕੋ ਬਾਹਰ ਆਕਰ ਦੇਸ਼ ਸੇ ਮਾਫੀ ਮੰਗਣੀ ਚਾਹੀਏ। ਮੈਂ ਤੋ ਯੇ ਵੀ ਮੰਗ ਕਰਤਾ ਹੂੰ ਕਿ ਦੇਸ਼ ਕੇ ਗ੍ਰਹਿ ਮੰਤਰੀ ਮਾਨੀ ਅਮਿਤ ਸ਼ਾਹ ਜੀ ਇਸਕੀ ਇਨਕੁਆਇਰੀ ਕਰੇ, ਇਸ ਪੇ ਕਮਿਸ਼ਨ ਬਿਠਾ ਕੇ ਜਾਣਕਾਰੀ ਲੇ ਕਿ ਕਿਸ ਕਿਸ ਤਰ੍ਹਾਂ ਰਾਜੀਵ ਗਾਂਧੀ ਨੇ ਕਿਨ ਕਿਨ ਕੋ ਨਰਸਿਮਾ ਰਾਓ ਕੇ ਇਲਾਵਾ ਇੰਸਟ੍ਰਕਸ਼ਨੇ ਦੀ ਥੀ, ਕਿਸ ਕਿਸ ਕੋ ਰੋਕਾ ਗਿਆ ਥਾ ਔਰ ਕਿਸ ਕਿਸ ਕੋ ਇੰਸਟ੍ਰਕਸ਼ਨੇ ਦੀ ਗਈ ਥੀ ਕਿ ਸਿੱਖੋ ਕਾ ਕਤਲੇਆਮ ਕਰਾਇਆ ਜਾਵੇ। ਯੇ ਸਟੇਟ ਸਪੋਂਸਰਡ ਕਤਲੇਆਮ ਥਾ, ਯੇ ਸਟੇਟ ਸਪੋਂਸਰਡ ਮੈਸੇਕਰ ਥਾ ਜੋ ਰਾਜੀਵ ਗਾਂਧੀ ਨੇ ਗਾਂਧੀ ਪਰਿਵਾਰ ਕੇ ਆਫਿਸ ਕਾ ਆਫਿਸ ਸੇ ਕੀਆ ਜਾ ਰਹਾ ਥਾ ਔਰ ਉਸਕੇ ਲਿਏ ਗ੍ਰਹਿ ਮੰਤਰਾਲਯ ਕਾ ਆਫਿਸ ਵੀ ਇਸਤੇਮਾਲ ਕੀਆ ਗਿਆ ਥਾ। ਸੰਗਰੂਰ ਤੋਂ ਹਰਸ਼ ਕੌਸ਼ਲ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ, ਦਾ ਟੀਵੀ, NRI।